ਤਾਂਤਰਿਕ ਨੂੰ ਉਸਦੇ 8 ਸਾਥੀਆਂ ਸਹਿਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ। ਚੁਤੰਤਰ ਵਿਦਿਆ ਦੇ ਆਰਟ ਚ ਲੋਕਾਂ ਨੂੰ ਦੜੇ ਸੱਟੇ ਦੇ ਲਈ ਨੰਬਰ ਦੱਸ ਕੇ ਮੋਟੇ ਪੈਸੇ ਕਮਾਉਂਦਾ ਸੀ ਅਤੇ ਹੁਣੇ ਹਾਲ ਵਿੱਚ ਉਸਨੇ ਕਿਸਾਨ ਦੇ ਨਾਬਾਲਿਗ ਲੜਕੀ ਦੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਇਹਨਾਂ ਦੇ ਕੋਲੋਂ ਅਸ਼ਲੀਲ ਵੀਡੀਓ ਵੀ ਬਰਾਮਦ ਕਰ ਲਿਆ ਅਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੋਟਲ 8 ਆਦਮੀਓ ਕੋ ਅਰੈਸਟ ਕੀਆ ਹੈ, ਜਿਸ ਮੇਂ 7 ਜੈਂਟਸ ਹੈ ਔਰ 1 ਲੇਡੀਜ਼ ਹੈ। ਉਹ ਜੋ ਵੀਡੀਓ ਬਣਾਈ ਸੀ, ਉਹ ਵੀਡੀਓ ਵੀ ਉਹ ਵੀ ਕਬਜ਼ੇ ਮੇਂ ਲੈ ਲਈ ਹੈ ਇੰਸਪੈਕਟਰ ਸਾਹਿਬ ਨੇ ਔਰ ਉਸਕੋ ਅਨਾਲਿਸਿਸ ਕੇ ਲਈ FSL ਕੇ ਪਾਸ ਭੇਜਾ ਗਿਆ। ਇਹ ਪਹਿਲੇ ਸ਼ਿਕਾਇਤ ਹੈ ਇਸਕਾ ਕਿ ਇਸਸੇ ਪਹਿਲੇ ਕਿਸੇ ਨੇ ਹੋ ਗਈ ਹੈ। ਇਹ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ। ਇਹ ਤੋ ਇਨਵੈਸਟੀਗੇਸ਼ਨ ਮੇਂ ਕਲੀਅਰ ਹੋਗਾ ਕਿ ਇਹ ਬਾਬਾ ਨੇ ਪਹਿਲੇ ਵੀ ਕਿਸੇ ਕੇ ਸਾਥ ਐਸਾ ਕੀਆ ਹੈ ਕਿ ਨਹੀਂ ਕੀਆ। ਜੋ ਇਹ ਜ਼ਿਮੀਂਦਾਰ ਹੈ ਬੇਸਿਕਲੀ ਇਸਕੋ ਇਹ ਜ਼ਿਆਦਾ ਲਾਸ ਮੇਂ ਆ ਗਿਆ। ਇਸ ਨੇ ਇਹ ਆਪ ਜੋ ਹੈ 6 ਬੱਚੋਂ ਕਾ ਬਾਪ ਹੈ, 2 ਲੜਕੀਆਂ ਇਸਕੀ ਸ਼ਾਦੀਸ਼ੁਦਾ ਵੀ ਹੈ, 4 ਲੜਕੀਆਂ ਹੈ, 2 ਲੜਕੇ ਹਨ। ਤੋ ਇਸ ਹਿਸਾਬ ਸੇ ਇਸਨੇ ਜ਼ਿਆਦਾ ਜੋ ਸੈਂਸੇਸ਼ਨਲ ਕਾਮ ਕੀਆ ਹੈ ਕਿ ਮਾਈਨਰ ਬੱਚੀ ਕੇ ਸਾਥ ਸੰਬੰਧ ਬਣਾਏ ਹੈ। ਇਹ ਸਾਥ ਕੇ ਰੂਪ ਮੇਂ ਇਹ ਸਾਰਾ ਜੋ ਰੈਕਟ ਚਲਾ ਰਹਾ ਥਾ ਜੀ। ਜੋ ਬਾਬਾ ਹੈ ਇਹ ਆਗੇ ਪਹਿਲੇ ਇਸਨੇ ਕਿਸ ਕਿਸ ਕੇ ਸਾਥ ਐਸਾ ਕੋਈ ਵਿਵਹਾਰ ਕੀਆ ਹੈ, ਕਿਆ ਹੈ ਇਸਕਾ, ਉਹ ਸਾਰਾ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੰਸਪੈਕਟਰ ਸਾਹਿਬ ਬੜੇ ਇੰਟੈਲੀਜੈਂਟ ਹੈ, ਉਹ ਕਲੀਅਰ ਕਰਨਗੇ ਕਿ ਇਹਨੇ ਪਹਿਲੇ ਤੋਂ ਨਹੀਂ ਕਿਸੇ ਕੇ ਸਾਥ ਐਸਾ ਕੀਆ। ਸੰਗਰੂਰ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।